लाहौरी ज्वेलर्स के मालिक हरदीप सिंह अपनी संसारिक यात्रा पूर्ण कर प्रभु चरणों में जा विराजे हैं। उनकी आत्मिक शांति हेतु अंतिम अरदास गुरुद्वारा श्री गुरु सिंह सभा मॉडल टाउन में की गई। इस मौके पर कीर्तनी जत्थों ने बैराग में कीर्तन कर स्वर्गीय हरदीप सिंह की आत्मिक शांति हेतु अंतिम अरदास की। इस मौके पर पारिवारिक सदस्यों में पत्नी स्वर्ण कौर, चरण सिंह, मनजीत सिंह, वीना, गौरव, पूजा, गुरुबख्श सिंह, टीना साहेब एकम सहित राजनीतिक, सामाजिक और धार्मिक वर्ग से जुड़े लोगों ने स्वर्गीय हरदीप सिंह को भावभीनी श्रद्धांजलि भेंट की। ਅੱਜ ਅਸੀਂ ਉਸ ਸ਼ਖਸ ਨੂੰ ਸ਼ਰਧਾਂਜਲੀ ਦੇਣ ਲਈ ਆਏ ਹਾਂ ਜਿਹਨੇ ਜ਼ਿੰਦਗੀ ਭਰ ਚ ਕਿਸੇ ਦਾ ਬੁਰਾ ਨਹੀਂ ਕੱਟਿਆ। ਇਹ ਸੱਚੇ ਪਾਤਸ਼ਾਹ ਦੀ ਅਜਿਹੀ ਕਹਾਣੀ, ਜਿੱਧਰ ਵੀ ਨਜ਼ਰ ਦੌੜਾਈ ਮਤਲਬ ਖੁਰਾਕ 'ਚ ਨਜ਼ਰ ਆਇਆ ਪਾਣੀ, ਚਾਹੇ ਪਤਨੀ ਸਵਰਨ ਕੌਰ ਸੀ ਜਾਂ ਬੇਟਾ ਗੌਰਵ ਸੀ, ਬਹੁ ਪੂਜਾ ਸੀ ਜਾਂ ਪੋਤੇ ਏਕਮ ਔਰ ਸਾਹਿਬ ਸੀ, ਬੇਟੀ ਟੀਨਾ ਸੀ, ਗੁਰਬਖਸ਼ ਸਿੰਘ ਸੀ, ਭੈਣ ਪੀਨਾ ਸੀ, ਮਨਜੀਤ ਕੁਮਾਰ ਸੀ, ਭਰਾ ਚਰਨ ਸਿੰਘ ਦੀ, ਭਰਾ ਦੀ ਗੱਲ ਆ ਗਈ ਚਰਨ ਸਿੰਘ ਦੀ, ਬੜੇ ਭਾਈ ਸਾਹਿਬ ਸੀ। ਮੈਂ ਤੁਹਾਨੂੰ ਛੋਟੀ ਜਿਹੀ ਘਟਨਾ ਦੱਸਣੀ ਚਾਹੁੰਦਾ ਹਾਂ। 27 ਦਸੰਬਰ 1704 ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਦੋ ਬੱਚੇ, ਛੋਟੇ ਦੋ ਬੱਚੇ ਫਤਿਹ ਸਿੰਘ ਅਤੇ ਜਰਾਵਰ ਸਿੰਘ ਨੀਹਾਂ 'ਚ ਚਿਣਾਏ ਜਾ ਰਹੇ ਆ, ਅਤੇ ਜਰਾਵਰ ਦੀਆਂ ਅੱਖਾਂ 'ਚ ਜਿਸ ਤਰ੍ਹਾਂ ਪਾਣੀ ਦੀ ਗੱਲ ਕਰਦਾ ਮਾੜਾ ਪਾਣੀ ਆ ਗਿਆ, ਅਤੇ ਬਾਬਾ ਫਤਿਹ ਸਿੰਘ ਜੀ ਕੀ ਕਹਿੰਦੇ ਹੈ, ਜਰਾਵਰ ਨੇ ਕੀ ਹੈ, ਕਹਿੰਦਾ ਮੈਂ ਇਸ ਕਰਕੇ ਨਹੀਂ, ਮੇਰੀ ਅੱਖਾਂ 'ਚ ਪਾਣੀ ਆਇਆ, ਮੇਰੀ ਅੱਖਾਂ 'ਚ ਪਾਣੀ ਆਇਆ, ਮੈਂ ਵੱਡਾ ਪਹਿਲਾਂ ਮੇਰੀ ਵਾਰੀ ਚਾਹੀਦੀ ਹੈ। ਅਸੀਂ ਵੱਡਾ ਭਰਾ ਬੈਠਾ ਅਤੇ ਛੋਟਾ ਚਲਾ ਜਾਵੇ, ਇਹ ਗਲਤ ਘਟਨਾ ਵਾ।
ਅੱਜ ਇਸ ਪਰਿਵਾਰ ਦੇ ਲੋਕ ਸ਼ਾਮਿਲ ਹੋਣ ਵਾਲਿਆਂ ਵਿੱਚ ਸਾਰਾ ਸਮਾਜ ਹੀ, ਚਾਹੇ ਰਾਜਨੀਤਿਕ ਹੈ ਜਾਂ ਧਾਰਮਿਕ ਹੈ ਜਾਂ ਸਮਾਜਿਕ ਹੈ, ਪਰਿਵਾਰ ਦੇ ਲੋਕ ਸ਼ਾਮਿਲ ਹੋਏ ਹਨ।